ਅਫਗਾਨਿਸਤਾਨ ਦੇ ਕਾਬੁਲ 'ਚ ਗੁਰਦੁਆਰਾ ਗੁਰੂ ਹਰ ਰਾਏ ਉੱਪਰ ਹੋਏ ਆਤਮਘਾਤੀ ਹਮਲੇ ਪਿੱਛੋਂ ਭਾਰਤ ਸਮੇਤ ਪੱਛਮੀ ਸੂਈਆ ਏਜੰਸੀਆਂ ਚੌਕਸ ਹਨ। ਇਸਲਾਮਿਕ ਸਟੇਟ ਵੱਲੋਂ ਅੰਜਾਮ ਦਿੱਤੇ ਗਏ ਇਸ ਹਮਲੇ ਦਾ ਨਿਸ਼ਾਨਾ ਅਸਲ ਵਿੱਚ ਅਫਗਾਨਿਸਤਾਨ ਵਿਚਲੇ ਭਾਰਤੀ ਸਫਾਰਤੀ ਅਦਾਰੇ ਹਨ ਅਤੇ ਇਸ ਹਮਲੇ ਤੋਂ ਬਾਅਦ ਭਾਰਤੀ ਸਫਾਰਤਖਾਨੇ ਦੇ ਬਾਹਰ ਸੁਰੱਖਿਆ ਮੁਸਤੈਦ ਕਰ ਦਿੱਤੀ ਗਈ ਹੈ। ਅਫਗਾਨ ਅਤੇ ਪੱਛਮੀ ਸੂਈਆ ਏਜੰਸੀਆਂ ਵੱਲੋਂ ਜੋ ਖੁਫੀਆ ਜਾਣਕਾਰੀ ਦਿੱਲੀ ਪਹੁੰਚਾਈ ਗਈ ਉਸ ਮੁਤਾਬਕ ਇਸ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਵਿੱਚ ਬੈਠੀਆਂ ਦਹਿਸ਼ਤਗਰਦੀ ਤਨਜ਼ੀਮਾਂ ਵੱਲੋਂ ਘੜੀ ਗਈ ਅਤੇ ਇਸ ਨੂੰ ਤਾਲਿਬਾਨ ਦੇ ਕੁਏਟਾ ਸ਼ਹੋਰਾ ਵੱਲੋਂ ਅੰਜਾਮ ਦਿੱਤਾ ਗਿਆ ਜਿਸ ਦਾ ਮਕਸਦ ਅਫਗਾਨਿਸਤਾਨ ਵਿੱਚ ਭਾਰਤੀ ਦਖਲ ਨੂੰ ਬੰਦ ਕਰਵਾਉਣਾ ਹੈ। ਇਸ ਪੂਰੇ ਆਪਰੇਸ਼ਨ ਦਾ ਕੋਡ ਨਾਮ ਬਲੈਕ ਸਟਾਰ ਪਾਕਿਸਤਾਨੀ ਇੰਟੈਲੀਜੈਂਸ ਵੱਲੋਂ ਰੱਖਿਆ ਗਿਆ ਜੋ ਹੱਕਾਨੀ ਨੈੱਟਵਰਕ ਜਿਸ ਨੂੰ ਤਾਲਿਬਾਨ ਦੇ ਡਿਪਟੀ ਕਮਾਂਡਰ ਸਿਰਾਜੁਦੀਨ ਹੱਕਾਨੀ ਵੱਲੋਂ ਚਲਾਇਆ ਜਾ ਰਿਹਾ ਹੈ। AK-47 ਨਾਲ ਲੈਸ 4 ਹਮਲਾਵਰਾਂ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਮਾਰਿਆ ਗਿਆ ਅਤੇ ਬਾਕੀ ਫਰਾਰ ਹੋ ਗਏ। ਭਾਰਤੀ ਸੁਰੱਖਿਆ ਦੇ ਉੱਚ ਅਧਿਕਾਰੀਆਂ ਮੁਤਾਬਕ ਇਹਨਾਂ ਦੇ ਨਿਸ਼ਾਨੇ ਉੱਪਰ ਅਸਲ 'ਚ ਭਾਰਤੀ ਸਫਾਰਤਖਾਨਾ ਸੀ ਪਰ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਉੱਪਰ ਹਮਲਾ ਕੀਤਾ ਗਿਆ ਕਿਉਂਕਿ ਇੱਕ ਸਾਫ਼ ਟਾਰਗੇਟ ਹੈ। ਅਸਲ ਵਿੱਚ ਜਦੋਂ ਤੋਂ US ਵੱਲੋਂ 29 ਫਰਵਰੀ ਤੋਂ ਤਾਲਿਬਾਨ ਨਾਲ ਸ਼ਾਂਤੀ ਸਮਝੌਤਾ ਕੀਤਾ ਗਿਆ ਹੈ ਉਦੋਂ ਤੋਂ ਅਫਗਾਨਿਸਤਾਨ ਵਿੱਚ ਹਿੰਸਾ 'ਚ ਕਮੀ ਆਈ ਹੈ ਤਾਂ ਇਸ ਦਰਮਿਆਨ ਹੱਕਾਨੀ ਨੈੱਟਵਰਕ ਪਾਕਿਸਤਾਨ ਸਥਿਤ ਜੈਸ਼ੇ ਮੁਹੰਮਦ ਦੀ ਪੁਸ਼ਤ ਪਨਾਹੀ ਹੇਠ ਨੈੱਟਵਰਕ ਫੈਲਾ ਰਿਹਾ ਹੈ। ਕਾਊਂਟਰ ਟੈਰਰ ਮਾਹਿਰਾਂ ਮੁਤਾਬਕ ਹੱਕਾਨੀ ਨੈੱਟਵਰਕ ਜੋ ਮੁੱਖ ਤੌਰ 'ਤੇ ਜਾਰਡਨ ਟ੍ਰਾਈਬ ਦੇ ਆਧਾਰਿਤ ਹੈ ਅਤੇ ਨਾਗਾਹਾਰ ਕੋਸਟ ਨੂਰਿਸਤਾਨ ਕੁਨਾਰ ਸੂਬਿਆਂ 'ਚ ਫੈਲਿਆ ਹੋਇਆ ਹੈ ਜਿੱਥੇ ਇਸਦਾ ਸਿੱਖ ਭਾਈਚਾਰੇ ਨਾਲ ਜ਼ਮੀਨਾਂ ਲਈ ਜਲਾਲਾਬਾਦ ਅਤੇ ਵਪਾਰ ਲਈ ਕਾਬੁਲ ਵਿੱਚ ਟਕਰਾਅ ਹੈ। 1 ਜੁਲਾਈ 2019 ਨੂੰ ਹੱਕਾਨੀ ਨੈੱਟਵਰਕ ਨੇ ਜਲਾਲਾਬਾਦ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਸੀ। ਦੋਹਾਂ ਮਾਮਲਿਆਂ ਵਿੱਚ ਅਟੈਕ ਦਾ ਸਿਹਰਾ ਇਸਲਾਮਿਕ ਸਟੇਟ ਨੂੰ ਦਿੱਤਾ ਗਿਆ। ਅਸਲ ਵਿੱਚ ਇਸ ਪਿੱਛੇ ਪਾਕਿਸਤਾਨ ਵਿੱਚ ਬੈਠੀਆਂ ਉਹ ਤਾਕਤਾਂ ਹਨ ਜਿਨ੍ਹਾਂ ਦਾ ਮਕਸਦ ਅਫਗਾਨਿਸਤਾਨ 'ਚੋਂ ਭਾਰਤੀ ਦਖਲ ਨੂੰ ਰੋਕਣਾ ਹੈ। ਤਾਲਿਬਾਨ, ਹੱਕਾਨੀ ਨੈੱਟਵਰਕ, ਲਸ਼ਕਰੇ ਤੋਇਬਾ JAM ਸਭ ਦੀ ਅਗਵਾਈ ਪਾਕਿਸਤਾਨ 'ਚ ਬੈਠੀਆਂ ਦਹਿਸ਼ਤਗਰਦੀ ਤਨਜ਼ੀਮਾਂ ਵੱਲੋਂ ਹੋ ਰਹੀ ਹੈ ਅਤੇ ਪੱਛਮੀ ਖੁਫੀਆ ਏਜੰਸੀਆਂ ਦੇ ਹਵਾਲੇ ਤੋਂ ਇੱਕ ਖਬਰ ਹੈ ਕਿ ਉਹ ਲਗਾਤਾਰ ਅਫਗਾਨਿਸਤਾਨ ਵਿੱਚ ਦਹਿਸ਼ਤੀ ਕਾਰਵਾਈ ਲਈ ਪੈਰ ਪਸਾਰ ਰਹੇ ਹਨ। ਉਹਨਾਂ ਦੇ ਨਿਸ਼ਾਨੇ 'ਤੇ ਕਸ਼ਮੀਰ ਵੀ ਹੈ ਅਤੇ ਅਫਗਾਨਿਸਤਾਨ ਵਿੱਚ ਭਾਰਤੀ ਦਖਲ ਨੂੰ ਰੋਕਣਾ ਵੀ ਹੈ। ਅਮਰੀਕਾ ਦੇ ਉੱਥੋਂ ਜਾਣ ਦੀ ਸੂਰਤ ਵਿੱਚ ਭਾਰਤੀ ਦਖਲ ਬੰਦ ਕਰਾਉਣਾ ਵੀ ਉਹਨਾਂ ਦਾ ਨਿਸ਼ਾਨਾ ਹੈ। ਜ਼ਿਕਰੇ ਖਾਸ ਹੈ ਕਿ ਇਸ ਹਮਲੇ ਵਿੱਚ 28 ਸਿੱਖ ਸ਼ਰਧਾਲੂ ਮਾਰੇ ਗਏ ਸਨ ਅਤੇ 8 ਗੰਭੀਰ ਜ਼ਖਮੀ ਹੋਏ ਸਨ। ਹਾਲਾਂਕਿ 85 ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਆ ਬਲਾਂ ਵੱਲੋਂ ਉਸ ਵੇਲੇ ਬਚਾ ਲਏ ਗਏ ਜਦੋਂ 4 ਹਥਿਆਰਬੰਦ ਹਮਲਾਵਰਾਂ ਨੇ ਕਾਬੁਲ ਦੇ ਸ਼ੋਰ ਬਾਜ਼ਾਰ ਵਿੱਚ ਸਥਿਤ ਇਸ ਗੁਰਦੁਆਰਾ ਸਾਹਿਬ ਉੱਪਰ ਹਮਲਾ ਬੋਲ ਦਿੱਤਾ ਸੀ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੈਕ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।